ਭਰਾ ਦੇ ਸਾਹਮਣੇ ਹੀ ਕੀਤਾ ਭਰਾ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। ਦੋ ਗਰੁੱਪਾਂ ਦੀ ਚੱਲ ਰਹੀ ਸੀ ਪੁਰਾਣੀ ਰੰਜਿਸ਼। 7 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਹੁਣ ਤੱਕ ਗ੍ਰਿਫਤਾਰ। ਦੱਸਦੇ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਭਰਾ ਦੇ ਸਾਹਮਣੇ ਹੀ ਉਸਦੇ ਭਰਾ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 2 ਦਿਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ। ਅਕਸਰ ਇਹਨਾਂ ਦੇ ਵੱਲੋਂ ਕਈ ਵਾਰ ਲੜਾਈਆਂ ਕੀਤੀਆਂ ਗਈਆਂ, ਤੇ ਜਿਸ ਦੇ ਵਿੱਚ ਹੁਣ ਖਾਮਿਆਜ਼ਾ ਇਹ ਹੋਇਆ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਦੇਣੀ ਪਈ ਹੈ। ਦੱਸ ਦਈਏ ਕਿ ਦੂਜੀ ਧਿਰ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਸ਼ਰੇਆਮ ਭਰਾ ਦੇ ਸਾਹਮਣੇ ਹੀ ਉਸਦਾ ਕਤਲ ਕੀਤਾ ਗਿਆ, ਤੇ ਹੁਣ ਪੁਲਿਸ ਨੇ 29 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ, ਜਿਸ ਦੇ ਵਿੱਚੋਂ ਤੀ ਜੋ ਮੁੱਖ ਮੁਲਜ਼ਮ 7 ਦੱਸੇ ਜਾ ਰਹੇ ਨੇ, ਉਹਨਾਂ ਨੂੰ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਹੀ ਗ੍ਰਿਫਤਾਰ ਕਰ ਲਿਆ। ਤੇ ਹੁਣ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਵੀ ਜੋ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਕੀਤੇ ਜਾ ਰਹੇ ਨੇ। ਦਰਅਸਲ ਕਿਹਾ ਜਾ ਰਿਹਾ ਕਿ 2 ਗੈਂਗ ਨੇ ਇਹ ਆਪਸ ਦੇ ਵਿੱਚ, ਜੋ ਕਿ ਟਾਈਮ ਪਾ ਕੇ ਕਈ ਵਾਰ ਪਹਿਲਾਂ ਵੀ ਲੜ ਚੁੱਕੇ ਨੇ, ਪਰ 1 ਸਾਲ ਪਹਿਲਾਂ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ, ਇਸ ਨੌਜਵਾਨ ਦੇ ਵੱਲੋਂ ਦੂਜੀ ਧਿਰ ਦੇ ਇੱਕ ਵਿਅਕਤੀ ਦਾ ਗੁੱਟ ਤੋੜ ਦਿੱਤਾ ਗਿਆ ਸੀ। ਇਹ ਆਪਣੀ ਖੁੰਦਕ ਕੱਢੀ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਸ਼ੁਰੂ ਕੀਤੀ ਗਈ, ਤਾਂ ਕਿਹਾ ਜਾ ਰਿਹਾ ਕਿ ਹੋ ਸਕਦਾ ਵੱਡੇ ਗੈਂਗ ਦੇ ਨਾਲ ਵੀ ਕੋਈ ਜੁੜਿਆ ਹੋਇਆ ਕਨੈਕਸ਼ਨ ਸਾਹਮਣੇ ਆ ਸਕਦਾ ਹੈ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਕਿ 2 ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਭਰਾ ਦੇ ਸਾਹਮਣੇ ਹੀ ਕੀਤਾ ਭਰਾ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। ਦੋ ਗਰੁੱਪਾਂ ਦੀ ਚੱਲ ਰਹੀ ਸੀ ਪੁਰਾਣੀ ਰੰਜਿਸ਼। 7 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਹੁਣ ਤੱਕ ਗ੍ਰਿਫਤਾਰ। ਦੱਸਦੇ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਭਰਾ ਦੇ ਸਾਹਮਣੇ ਹੀ ਉਸਦੇ ਭਰਾ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 2 ਧਿਰਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ। ਅਕਸਰ ਇਹਨਾਂ ਦੇ ਵੱਲੋਂ ਕਈ ਵਾਰ ਲੜਾਈਆਂ ਕੀਤੀਆਂ ਗਈਆਂ, ਤੇ ਜਿਸ ਦੇ ਵਿੱਚ ਹੁਣ ਖਾਮਿਆਜ਼ਾ ਇਹ ਹੋਇਆ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਦੇਣੀ ਪਈ ਹੈ। ਦੱਸ ਦਈਏ ਕਿ ਦੂਜੀ ਧਿਰ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਸ਼ਰੇਆਮ ਭਰਾ ਦੇ ਸਾਹਮਣੇ ਹੀ ਉਸਦਾ ਕਤਲ ਕੀਤਾ ਗਿਆ, ਤੇ ਹੁਣ ਪੁਲਿਸ ਨੇ 29 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ, ਜਿਸ ਦੇ ਵਿੱਚੋਂ ਤੀ ਜੋ ਮੁੱਖ ਮੁਲਜ਼ਮ 7 ਦੱਸੇ ਜਾ ਰਹੇ ਨੇ, ਉਹਨਾਂ ਨੂੰ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਹੀ ਗ੍ਰਿਫਤਾਰ ਕਰ ਲਿਆ। ਤੇ ਹੁਣ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਵੀ ਜੋ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਕੀਤੇ ਜਾ ਰਹੇ ਨੇ। ਦਰਅਸਲ ਕਿਹਾ ਜਾ ਰਿਹਾ ਕਿ 2 ਗੈਂਗ ਨੇ ਇਹ ਆਪਸ ਦੇ ਵਿੱਚ, ਜੋ ਕਿ ਟਾਈਮ ਪਾ ਕੇ ਕਈ ਵਾਰ ਪਹਿਲਾਂ ਵੀ ਲੜ ਚੁੱਕੇ ਨੇ, ਪਰ 1 ਸਾਲ ਪਹਿਲਾਂ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ, ਇਸ ਨੌਜਵਾਨ ਦੇ ਵੱਲੋਂ ਦੂਜੀ ਧਿਰ ਦੇ ਇੱਕ ਵਿਅਕਤੀ ਦਾ ਗੁੱਟ ਤੋੜ ਦਿੱਤਾ ਗਿਆ ਸੀ। ਇਹ ਆਪਣੀ ਖੁੰਦਕ ਕੱਢੀ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਸ਼ੁਰੂ ਕੀਤੀ ਗਈ, ਤਾਂ ਕਿਹਾ ਜਾ ਰਿਹਾ ਕਿ ਹੋ ਸਕਦਾ ਵੱਡੇ ਗੈਂਗ ਦੇ ਨਾਲ ਵੀ ਕੋਈ ਜੁੜਿਆ ਹੋਇਆ ਕਨੈਕਸ਼ਨ ਸਾਹਮਣੇ ਆ ਸਕਦਾ ਹੈ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਕਿ 2 ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।